सियासत व्यापार धर्म ते फिल्म जगत दे नाल हुण कैनेडा ते अमेरिका दी हर वट्टी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम। ਮੁੰਡਾ ਵੀ ਮਾਰ ਦਿੱਤਾ ਫਿਰ ਸਮੀਰ ਸੈਣੀ ਨੇ ਮਾਰਤਾ ਜੀ ਸਮੀਰ ਸੈਣੀ ਨੇ ਵਿਆਹ ਨਹੀਂ ਕਰ ਸਕੀ ਕੋਈ ਖੁਸ਼ੀ ਦੇ ਕੇ ਪੁੱਤਾਂ ਦੀ ਦੋ ਜਾਂ ਜੇ ਵੀ ਪੁੱਤ ਦਾ ਵਿਆਹ ਕਰਦੇ ਲੋਕ ਕਰਦੇ ਸਭ ਅਸੀਂ ਕੁਝ ਨਹੀਂ ਦੇਖ ਕੇ ਕੋਈ ਸੰਗ ਦਾ ਸੰਗ ਕੀ ਨਹੀਂ ਜੀਵਨ ਦਿੰਦੇ ਸਾਡੇ ਬੱਚਿਆਂ ਨੂੰ ਰਹਿਣ ਨਹੀਂ ਦਿੰਦੇ छापा मारा गया क्योंकि यह घर परमजीत सिंह पम्मा का सी जिसका के जो 13 प्रो खालिस्तानी एक्टिविस्ट के ना रिलीज़ किए हैं ने इंडिया की गौरमेंट ने उन्होंने परमजीत सिंह पम्मे का ना है जो कि मोहाली का रहने वाला इस वक्त मेरे नाल पेरेंट्स मौजूद है ने मेरे नाल बैठे ने उन्होंने माता रतन कौर जी तो जदों उन्हां वल्लों दबिश दित्ती गई तो एक ये कागज़ उन्होंने एक छड्डिया हैगा अपना परमजीत सिंह पम्मे दे नाँ दे उत्ते एक संबंध करके गए ने 21 तरीक नूं पम्मे नूं बुलाया हैगा दिल्ली लोधी रोड दे उत्ते जो NIA दा ऑफिस है परंतु पम्मा 99 तो इंडिया तो बाहर रह रहा बाकी दी मालूमात आपां उन्हां दे मदर तो गलबात करके करते हैं माता जी की होया सी वाकया जदों NIA दी टीम ने छापा मारिया ਅਸੀਂ ਤਾਂ ਆਰਾਮ ਨਾਲ ਬੈਠੇ ਸਨ ਤਾਂ ਪਤਾ ਨਹੀਂ ਵੀ ਕਿਆ ਗੱਲਾਂ ਬਾਹਰ ਬੈਠੀ ਤੇ ਬੜੀ ਸੋਹਣੀ ਇੱਕ ਦਿਨ ਪਹਿਲਾਂ ਆਏ ਤੇ 4-5 ਦਿਨ ਪਹਿਲਾਂ ਆਏ ਆ ਉਹ ਬਾਹਰ ਹੀ ਗੱਲਬਾਤ ਕਰਕੇ ਚਲੇ ਗਏ ਪੁੱਛ ਗਿੱਛ ਕਰਕੇ ਚਲੇ ਗਏ ਮਤਲਬ ਉਦਣ ਘਰ ਦੀ ਤਲਾਸ਼ੀ ਨਹੀਂ ਲੱਤੀ ਨਹੀਂ ਕੋਈ ਨਹੀਂ ਬੜਿਆ ਕੋਈ ਫਾਲਤੂ ਗੱਲ ਨਹੀਂ ਕਰੀ ਪਹਿਲਾਂ ਸਾਡੇ ਪਿੰਡ ਗਏ ਚਮਕੌਰ ਸਾਹਿਬ ਭੱਕੂ ਮੇਰੇ ਪਿੰਡ ਸਾਡਾ ਉੱਥੇ ਸਾਰੇ ਪੁੱਛ ਗਿੱਛ ਕਰਕੇ ਆਏ ਉਹ ਕਹਿੰਦੇ ਵੀ ਅਸੀਂ ਤਾਂ ਕਦੇ ਬੱਚੇ ਦੇਖੇ ਨਾ ਕਦੇ ਆਏ ਆ ਵੀ ਸਾਨੂੰ ਕਹਿੰਦੇ ਬਜ਼ੁਰਗ ਆਉਂਦੇ ਆ ਅਸੀਂ ਘਰ ਆਪਣਾ ਗੁਰਦੁਆਰੇ ਦੇ ਦਿੱਤਾ ਉੱਪਰ ਸਾਡੇ ਕਮਰੇ ਸਾਡੇ ਦੋ ਬਣਾਏ ਵੇ ਉਹਨਾਂ ਨੇ ਬਈ ਉਹਨਾਂ ਪਿੰਡਾਂ ਨੇ ਕਿਹਾ ਉਹਦੀ ਲਿਖਤ ਪੜ੍ਹ ਤੂੰ ਦੀ ਉਹ ਕਹਿੰਦੇ ਲਿਖਤ ਪੜ੍ਹ ਕਾਹਦੀ ਉਹਨਾਂ ਦਾ ਘਰ ਤਾਂ ਸਾਨੂੰ ਦੇ ਤਾ ਗੁਰਦੁਆਰੇ ਅਸੀਂ ਲੰਗਰ ਹਾਲ ਬਣਾ ਲਿਆ ਉੱਪਰ ਕਮਰੇ ਬਣਾ ਦਿੱਤੇ ਅਸੀਂ ਜਾਵਾਂਗੇ ਰਹਿ ਜੂਗੇ ਮਾੜਾ ਮੋਟਾ ਜਦ ਤੱਕ ਅਸੀਂ ਆਏਗਾ ਅਸੀਂ ਜਾਣ ਕਿਹਨੇ ਜਾਣੇ ਫਿਰ ਆਉਣੇ ਨਹੀਂ ਮੁੰਡੇ ਤੇ ਆਉਣਗੇ ਜਾਣੇ ਕਿਹਨੇ ਉੱਥੇ ਕਿਸੇ ਨੇ ਜਾਣਾ ਐਸੇ ਕੋਈ ਪੁੱਛ ਗਿੱਛ ਕਰਕੇ ਗਏ ਵੀ ਅਸੀਂ ਕਿਹਾ ਬਈ ਉਹਦੇ ਵੀ ਸਾਡੇ ਤੋਂ ਕੋਲ ਇੰਨੇ ਸਾਲ ਹੋ ਗਏ ਉਹ ਗਏ ਨੂੰ ਉਹ ਨਹੀਂ ਆਇਆ ਅਸੀਂ 15 ਨੂੰ ਪੁਰਤਗਾਲ ਚੱਕਿਆ ਤਾ ਉਹ 1915 'ਚ ਅਸੀਂ ਪੁਰਤਗਾਲ ਗਏ ਤੇ ਉੱਥੇ ਮਿਲੇ ਤੇ ਉਹਨੂੰ ਕਹਿੰਦੇ ਵੀ ਤੁਸੀਂ ਪੁਰਤਗਾਲ ਕਾਹਦੇ ਗਏ ਤੇ ਤੁਹਾਡਾ ਕਦੇ ਫੋਨ ਹੀ ਨਾ ਹੋ ਮੈਂ ਕਿਹਾ ਹੈ ਤਾਂ ਪੋਤਾ ਸਾਡਾ ਜਾਂ ਸਾਨੂੰ ਪਤਾ ਲੱਗੇ ਚੱਕ ਲਿਆ ਪਤਾ ਸਾਨੂੰ ਲੋਕਾਂ ਦੇ ਸੁਨੇਹ ਆਏ ਬਹੁਤ ਵਿੱਚ ਪਹੁੰਚੋ ਅਸੀਂ ਗਏ ਪੁਰਤਗਾਲ ਗਏ ਹਾਂ ਉੱਥੇ ਮਿਲੇ ਅਸੀਂ ਉਹਨੂੰ ਉੱਥੇ ਸਾਡੀ ਪੁਲਿਸ ਨੇ ਬਹੁਤ ਰਿਸਪੈਕਟ ਕਰੀਏ ਬਹੁਤ ਅੱਛੀ ਗੱਲ ਸਾਨੂੰ ਪੇਸ਼ ਆਏ ਸਾਡੇ ਉੱਥੇ ਇੱਥੇ ਪਾਰਲੀਮੈਂਟ ਗਏ ਅਸੀਂ 400-500 ਬੰਦਾ ਸਾਡੇ ਨਾਲ ਤੁਰਿਆ ਉੱਥੇ ਪਾਰਲੀਮੈਂਟ ਹਾਂ ਅਖਬਾਰ ਪਏ ਉਹਦੇ ਫੋਟੋ ਉਹਦੇ ਐਡਿਟ ਪੋਸਟਰ ਬਣਾਏ ਪਏ ਅਤੇ ਬੱਚਿਆਂ ਦੀ ਫੋਟੋ ਨਾਲ ਇਹ ਸਾਰੀਆਂ ਫੋਟੋਆਂ ਦੀਆਂ ਬੜੇ ਬੜੀਆਂ ਫਿਰ ਦੋ ਅਸੀਂ ਇੱਕ ਵਕੀਲ ਅਸੀਂ ਅੰਦਰ ਗਏ ਹਾਂ ਸਾਰੀ ਗੱਲਬਾਤ ਤੋਂ ਸਾਡੀ ਉਹਨੇ ਸੁਣੀ ਆ ਉੱਥੇ ਉੱਪਰ ਫਿਰ ਅੱਗੇ ਕੋਈ ਜਗ੍ਹਾ ਉੱਥੇ ਗਏ ਹਾਂ ਉੱਥੇ ਵੀ 3 ਬੰਦੇ ਗਏ ਅਸੀਂ ਗਏ ਵਕੀਲ ਆ ਸਾਡੇ ਨਾਲ ਸਾਰੀ ਪੁੱਛ ਗਿੱਛ ਕਰੀ ਆ ਉਹਨਾਂ ਨੇ ਸਾਨੂੰ ਕਿੱਥੇ ਤਾਂ ਮੈਨੂੰ ਕਹਿੰਦੇ ਵਕੀਲ ਤੁਹਾਨੂੰ ਮਾਤਾ ਜੀ ਦੁਬਾਰਾ ਫਿਰ ਆਉਣਾ ਪੈਣਾ ਕਿੱਥੇ ਉਹਨਾਂ ਨੇ ਅਸੀਂ 5 ਨੂੰ ਆਏ ਹਾਂ 8 ਨੂੰ ਉਹਨਾਂ ਨੇ ਛੱਡ ਵੀ ਦਿੱਤਾ ਇੱਕ ਇੱਕ ਗੱਲ ਸਾਡੀ ਸੁਣੀ ਆ ਪੁਰਤਗਾਲ ਦੀ ਗੌਰਮੈਂਟ ਨੇ ਪੂਰੀ ਗੱਲ ਸੁਣੀ ਸਾਡੀ ਜੋ ਸਾਡੀ ਗੱਲ ਬੜੇ ਨੇ ਮੈਂ ਆਪਣੀ ਫੋਟੋਆਂ ਲੈ ਗਈ ਦੀ ਸਾਰਾ ਦੱਸਿਆ ਉਹਨੇ ਵੀ ਇੱਕ ਬੜਾ ਨਿਕਲਣਾ ਚੱਕ ਕੇ ਉਹਨਾਂ ਨੇ ਇਸ ਤਰ੍ਹਾਂ ਕਰਿਆ ਸਾਡੀ ਪੂਰੀ ਗੱਲ ਕਰਨ ਸੁਣੀ ਆ ਉੱਥੇ ਅਸੀਂ ਮਿਲੇ ਉਹਦੇ ਬਾਅਦ ਅਸੀਂ ਨਹੀਂ ਮਿਲੇ ਹੈਗੇ ਘਰ ਆ ਗਏ ਉਹਦੇ ਬਾਅਦ ਹੁਣ ਆਈ ਹੈ ਪੁਲਿਸ ਸਾਡੇ ਘਰ 3-4 ਸਾਲ ਨਹੀਂ ਆਈ ਹੈਗੀ ਕੀ ਕਿਹਾ ਜੀ ਪੁਲਿਸ ਨੇ ਆ ਕੇ ਬਈ ਅਸੀਂ ਤੁਹਾਡੇ ਘਰ ਤਲਾਸ਼ੀ ਲੈਣੀ ਹੈ ਪਰ ਤਗਾਦੇ ਤਲਾਸ਼ੀ ਲੈਣੀ ਕਿਹੜੀ ਤਲਾਸ਼ੀ ਲੈਣੀ ਹੈ ਇੱਦਾਂ ਤੁਹਾਡਾ ਮੁੰਡਾ ਇਸ ਤਰ੍ਹਾਂ ਵੀ ਤਾਂ ਤਲਾਸ਼ੀ ਲੈਣੀ ਹੈ ਮੈਂ ਕਿਹਾ ਤਲਾਸ਼ੀ ਲੈਣੀ ਅਸੀਂ 2 ਜਣੇ ਸਿਆਣੇ ਹੈਗੇ ਘਰ ਕੋਈ ਸਾਡਾ ਜਾਣ ਪਛਾਣ ਬੁਲਾਓ ਇੱਥੇ ਤੇ ਕੋਈ ਅੰਦਰ ਆਵਾ ਤੁਹਾਡੇ ਨਾਲ ਅਸੀਂ 2 ਜਣੇ ਹਾਂ ਸੰਤ ਅਸੀਂ ਤਾਂ ਪਾਗਲ ਹੋ ਜੂਗੇ ਇੱਥੇ ਨਹੀਂ ਜੀ ਕਹਿੰਦਾ ਅਸੀਂ ਅੰਦਰ ਤਾਂ ਅਸੀਂ ਤਲਾਸ਼ੀ ਲਵਾਂਗੇ ਸੋਰ ਕਿਸੇ ਨੂੰ ਵੜਨੇ ਦਿੰਦੇ ਕਿੰਨੇ ਬੰਦੇ ਸੀ ਮਾਤਾ ਜੀ ਉਹ 8 ਬੰਦੇ ਅੰਦਰ ਤੇ ਅੱਛਾ ਜੀ ਜਿਹੜੇ ਬਾਹਰ ਤੇ ਆਏ ਤੇ 4 ਬੰਦੇ ਪੰਜਾਬ ਪੁਲਿਸ ਦੇ ਬਾਹਰ ਬੈਠੇ ਤੇ ਪੂਰੀ ਤਲਾਸ਼ੀ ਇੱਕ ਇੱਕ ਚੀਜ਼ ਫੋਲੀਆ ਸਾਡੀ ਅਸੀਂ ਐਵੀਡੀਆਂ ਕਰਾਈਆਂ ਹੋਈ ਸਾਨੂੰ ਪਤਾ ਜਿਹੜੇ ਪੈਸੇ ਜਮ੍ਹਾਂ ਕਰਾਏ ਹੋਏ ਉਹ ਸਾਰੀਆਂ ਕੱਢ ਕੇ ਬਹਿ ਗਏ ਤੇ ਮਤਲਬ ਜੋ ਤੁਹਾਡੇ ਘਰ ਦੇ ਸਾਰੇ ਕਾਗਜ਼ ਸੀ ਉਹ ਸਾਰੇ ਚੈੱਕ ਕਰਕੇ ਗਏ ਨੇ ਕੋਈ ਚੀਜ਼ ਛੱਡੀ ਨਹੀਂ ਕੋਈ ਪੇਟੀ ਟਰੰਕ ਨਹੀਂ ਛੱਡਿਆ ਇੱਕ ਚੀਜ਼ ਨਹੀਂ ਛੱਡੀ ਉਹਨੇ ਵੀ ਸਾਨੂੰ ਕਹਿੰਦੇ ਸਾਨੂੰ ਮਕਾਨ ਦੀ ਰਜਿਸਟਰੀ ਦਿਓ ਮੈਂ ਕਿਹਾ ਮਕਾਨ ਤਾਂ ਅਸੀਂ 85 ਖਰੀਦਿਆ 86 'ਚ ਉਹਦੇ ਆਏ ਹਾਂ ਜਾਂ 86 'ਚ ਤਾਂ ਆਏ ਨਾ ਪੰਮਾ 6 ਪੜ੍ਹਦਾ ਸੀ ਜਦ ਉਰੇ ਆਏ ਅਸੀਂ ਹਾਂ ਇਹ ਬੜੇ ਬੇਟੇ ਨਾਨਕੇ ਆਪਣਾ ਕੰਮ ਉੱਥੇ 21 'ਚ ਸ਼ੁਰੂ ਕਰ ਲਿਆ 10 'ਚ ਪੜ੍ਹਾਈ ਛੱਡ ਦਿੱਤੀ
ਉੱਥੇ ਇਹਦੇ ਕੋਲ ਪਤਾ ਨਹੀਂ ਕੰਮ ਕੁੰਮ ਕਰਾਉਣ ਆਉਂਦੇ ਹੋਣੇ ਕਿ ਸਾਨੂੰ ਨਹੀਂ ਪਤਾ ਹੈਗਾ, ਪੁਲਿਸ ਨੇ ਚੱਕ ਲਿਆ, ਦੋ ਵਾਰ ਛਡਾ ਲਿਆ ਸੀ। ਉਹ 30 ਵਾਰ ਫਿਰ ਕਹਿੰਦੇ ਮੈਂ ਤਾਂ ਬਿਮਾਰ ਚਲੇ ਜਾਣਾ, ਮੈਂ ਤਾਂ ਇੱਥੇ ਟਿਕਣਾ ਨਹੀਂ, ਪੁਲਿਸ ਟਿਕਣ ਨਹੀਂ ਦਿੰਦੀ ਹੈਗੀ। ਇਹ ਦਿੱਲੀ ਨਹਿਰੂ ਨਗਰ 'ਤੇ ਇਹ ਸਮੇਤ ਸੈਣੀ ਚੱਕ ਕੇ ਲਿਆਏ ਉਹਨੂੰ। ਕਿਤੇ ਬੜੇ ਮੁੰਡੇ ਦੀ ਗੱਲ ਕਰ ਰਹੇ ਹੋ? ਕੀ ਨਾਮ ਸੀ ਜੀ ਉਹਨਾਂ ਦਾ? ਪਰਮਿੰਦਰ ਸਿੰਘ, ਪਰਮਿੰਦਰ ਸਿੰਘ, ਪਰਮਿੰਦਰ ਸਿੰਘ ਰਾਜਾ। ਆ ਫੋਟੋ ਦਿਖਾਈਏ। ਪਰਮਿੰਦਰ ਸਿੰਘ ਰਾਜੇ ਨੂੰ ਸਮੇਤ ਸੈਣੀ ਦਿੱਲੀ ਤੋਂ ਚੱਕ ਕੇ ਲਿਆਇਆ ਸੀ? ਚੱਕ ਕੇ ਲਿਆਇਆ ਸਾਨੂੰ ਫਿਰ ਸਾਰਾ ਵੀ ਉਹ 26 ਥਾਣੇ ਵਿੱਚ ਅਸੀਂ ਘੁੰਮਦੇ ਫਿਰਦੇ ਲੋਕਾਂ ਕੋਲ, ਕਿਸੇ ਕੋਲ ਜਾ ਕਦੇ ਕਿਸੇ ਕੋਲ ਜਾ, ਕਿਸੇ ਨੇ ਉਹ ਨਹੀਂ ਕਰਿਆ ਹੈਗਾ। ਫਿਰ ਅਸੀਂ ਇਹ ਸਮੇਤ ਸੈਣੀ ਕੋਲ ਗਏ 8 ਜੂਨ ਨੂੰ। ਕਈ ਵਾਰ ਜਾਂਦਰੇ ਨਹੀਂ ਮਿਲਿਆ, 8 ਜੂਨ ਨੂੰ ਫਿਰ ਸਾਨੂੰ ਇਹ ਮਿਲਿਆ ਉੱਥੇ। ਅੰਦਰ ਗਏ, ਹਾਂਜੀ ਕਿਆ ਗੱਲ, ਬਹਿ ਜਾਓ। ਬਹਿ ਗਏ ਅਸੀਂ ਆਰਾਮ ਨਾਲ। ਕਿਆ ਗੱਲ ਹੈ ਜੀ? ਇਹ ਕਹਿੰਦੇ ਜੀ ਮੇਰਾ ਮੁੰਡਾ ਦਿੱਲੀ ਨਹਿਰੂ ਨਗਰ ਤੋਂ ਚੱਕ ਕੇ ਲਿਆਂਦਾ ਹੈ ਪਰਮਿੰਦਰ ਸਿੰਘ, ਬਈ ਉਹਦੀ ਬਾਰੇ ਆਏ। ਕਹਿੰਦੇ ਅੱਛਾ ਬੌਸ ਦੀ ਗੱਲ ਕਰ ਰਹੇ ਤੁਸੀਂ? ਇਹਨੂੰ ਕਲੱਬ ਵਿੱਚ ਬੌਸ ਕਹਿੰਦੇ ਹੁੰਦੇ ਤੇ, ਬੜੇ ਮੇਰੇ। ਅੱਛਾ ਬੌਸ ਦੀ ਗੱਲ ਕਰ ਰਹੇ ਤੁਸੀਂ? ਇਹਨੂੰ ਖੜ੍ਹੇ ਹੋ ਜਾ। ਖੜ੍ਹੇ ਹੋ ਗਏ, ਫੜ ਕੇ ਗਰਦਨ ਦੇ ਢਾ ਲਿਆ। ਮੈਂ ਹੱਥ ਜੋੜੇ, ਮੇਰੇ ਮੂੰਹ 'ਤੇ ਮਾਰੀ ਚਪੇੜਾਂ ਸਮੇਤ ਸੈਣੀ ਨੇ। ਪਰ ਸਾਨੂੰ ਪੁਲਿਸ ਨੇ ਕੱਢ ਕੇ ਬਾਹਰ ਕੱਢ ਦਿੱਤਾ। ਫਿਰ ਪਹਿਲਾਂ ਢਾ ਲਿਆ, ਪਹਿਲਾਂ ਇਹਨੂੰ ਥੱਲੇ ਢਾ ਲਿਆ, ਥੱਲੇ ਸਿੱਟ ਲਏ ਇਹਨਾਂ ਦਿਲ ਤੁਸੀਂ। ਮੈਂ ਕਿਹਾ ਤੁਸੀਂ ਮੂੰਹ ਨਾਲ ਗੱਲ ਕਰੋ ਵੀ ਇੱਕਣ ਕੁੱਟਣ ਦਿਖਾਤੇ ਤੁਸੀਂ, ਮੂੰਹ ਨਾਲ ਗੱਲ ਕਰੋ। ਮੈਂ ਛਡਾਉਣ ਲੱਗੀ ਵਿੱਚ ਮੇਰੇ ਮੂੰਹ 'ਤੇ ਚਪੇੜਾਂ ਮਾਰੀਆਂ, ਪੁਲਿਸ ਵਾਲੇ ਸਾਨੂੰ ਫੜ ਕੇ ਬਾਹਰ ਕੱਢ ਦਿੱਤਾ, ਬਾਹਰ ਆ ਗਏ। ਫਿਰ ਅਸੀਂ ਫਿਰੀ ਗਏ, ਕਦੇ ਕਿਸੇ ਕੋਲ ਜਾਏ, ਕਦੇ ਕਿਸੇ ਕੋਲ ਜਾਈਏ। ਇਹ ਪ੍ਰੋਫੈਸਰ ਸਰੂਪ ਸਿੰਘ, ਉਹਦੇ ਕੋਲ ਮੈਂ ਗਈ ਕਿਸੇ ਨਾਲ ਲੈ ਕੇ। ਉਹ ਕਹਿੰਦਾ ਵੀ ਸਮੇਤ ਸੈਣੀ ਕਹਿੰਦਾ ਵੀ ਮੁੰਡੇ ਚੰਡੀਗੜ੍ਹ ਕੋਈ ਵਾਰਦਾਤ ਨਾ ਕਰਾਂ, ਮੈਂ ਰਾਜੇ ਦੇ ਬੌਸ 'ਤੇ ਕੋਈ ਕੇਸ ਨਹੀਂ, ਮੈਂ ਬਗੈਰ ਕੇਸ 'ਤੇ ਛੱਡੂੰਗਾ। ਅਸੀਂ ਕਿਸੇ ਮੁੰਡੇ ਜਾਣ ਦਿੰਦੇ, ਕਿਹਨੂੰ ਸੁਨੇਹਾ ਦੇਈਏ? ਅਸੀਂ ਕਿਸੇ ਨੂੰ ਤਾਂ ਜਾਣਦੇ, ਜੇ ਕਿਸੇ ਜਾਣੇ ਤਾਂ ਹੀ ਸੁਨੇਹਾ ਦਿੰਦੇ। ਰੁੜ ਜਾਣੇ ਨਾ ਮੁੰਡਿਆਂ ਦੇ ਕੋਈ ਕੋਈ ਇੱਥੇ ਹੌਲੀ ਦਿੱਤੀ ਜਿਹੜੇ ਮਲੋਏ ਮਲਾਈ ਦਾ ਹੋਇਆ, ਉੱਥੇ ਮੇਰਾ ਮੁੰਡਾ ਵੀ ਮਾਰ ਦਿੱਤਾ। ਫਿਰ ਸਮੇਤ ਸੈਣੀ ਨੇ ਮਾਰਤਾ ਜੀ? ਸਮੇਤ ਸੈਣੀ ਨੇ ਮਾਰਿਆ, ਬਲਵੰਤ ਸਿੰਘ ਅਸੀਂ ਮਿਲਣਾ ਚਾਹੁੰਦੇ ਵੀ ਸਾਡਾ ਵੀ ਇਨਸਾਫ ਦਾ ਵਾ, ਸਾਨੂੰ ਵੀ ਇਨਸਾਫ ਮਿਲ ਜਾਵੇ। ਅਸੀਂ ਵੀ ਆਪਣੇ ਮੁੰਡੇ ਦਾ ਕੇਸ ਦੱਸੀਏ, ਉਹਨਾਂ ਨੂੰ ਕਿਆ ਹੋਇਆ, ਸਾਡੇ ਨਾਲ ਕਿਆ ਕੁਛ ਹੋਇਆ। ਪੰਮੇ, ਪੰਮਾ ਫਿਰ ਕਦੋਂ ਗਿਆ ਜੀ? ਪੰਮੇ ਨਾਲ ਵੀ ਇਹੀ ਕੁਛ ਕਰ ਰਹੀ ਸੀ ਪੁਲਿਸ? ਫਿਰ ਪੁਲਿਸ ਰੋਜ਼ ਘਰ ਆ ਜਾਂਦੀ ਸਾਡੇ ਵੀ ਤੂੰ ਜ਼ਰੂਰ ਜਾਣ ਦਊਂਗਾ ਮੁੰਡਿਆਂ ਨੂੰ, ਤੇਰੇ ਭਾਈ ਕੋਲ ਆਉਂਦੇ ਤੂੰ ਵੀ ਜਾਣ ਦਊਂਗਾ। ਇਹ ਕਹਿੰਦੇ ਮੈਂ ਤਾਂ ਜਾਣ ਤਾਂ ਜਾਂਦੇ ਇਹਨੂੰ ਚੱਕਣ ਲੱਗੇ, 11ਵੀਂ ਤਾਂ ਪੇਪਰ ਦਿੰਦਾ ਤਾ ਇਹਨੂੰ, ਇੱਕ ਚੱਕ ਲੈ ਗਏ ਪੁਲਿਸ ਦੇ, ਉਹਦੇ ਰਿਵਾਲ ਦਾ ਪਾ ਕੇ ਕੇਸ, ਉੱਥੇ ਜੇਲ੍ਹ ਭੇਜ ਦਿੱਤਾ ਸੰਗਰੂਰ ਪੰਮੇ ਨੂੰ। ਉੱਥੇ 10 ਮਹੀਨੇ ਰਿਹਾ ਸੰਗਰੂਰ, ਅਸੀਂ ਜਾਂਦੇ ਰਹੇ ਮਿਲਣ ਉੱਥੇ ਵੀ। ਅੱਜ ਤੱਕ ਆਉਂਦਾ ਰਹਿੰਦਾ, ਖੈੜ ਆਉਂਦਾ ਤਾਂ ਕਚਹਿਰੀਆਂ 'ਚ ਆਉਂਦਾ ਤਾ। ਉੱਥੇ ਦੇ ਕਰ ਕਰਕੇ ਕੇਸ ਖਤਮ ਹੋ ਗਿਆ ਇਹਦਾ, ਕਿ ਕਾਗਜ਼ ਪਏ ਮੇਰੇ ਕੋਲ, ਖਤਮ ਹੈ ਕੇਸ ਦੇ, ਕੱਢੂੰਗੀ ਮੈਂ ਕੱਲ੍ਹ ਸਾਰੀ ਪੋਲਾ ਪੱਲੀ ਕਰੀਏ ਨਾ ਵੀ ਉਹਦਾ ਕੋਈ ਕੇਸ ਨਹੀਂ। ਜਿੱਦਾਂ ਹੁਣ ਇੰਗਲੈਂਡ ਨੂੰ ਗਿਆ, ਕੋਈ ਕੇਸ ਨਾ, ਕੋਈ ਕੁਛ ਨਹੀਂ, ਆਰਾਮ ਨਾਲ ਗਿਆ ਇਹਨੇ ਚੁੱਪ ਕਰਕੇ ਵੀ। ਹੁਣ ਫਿਰ ਇਹਦੇ ਪਿੱਛੇ ਕੀ ਪਈ ਹੈ ਪੁਲਿਸ? ਹੁਣ ਸਾਨੂੰ ਨਹੀਂ ਜਿਉਣ ਦਿੰਦੇ ਇੱਥੇ। ਨਹੀਂ 99 'ਚ ਮਾਤਾ ਜੀ ਗਿਆ ਪੰਮਾ ਬਾਹਰ ਤੇ ਮੁੜ ਕੇ ਆਇਆ? ਕਦੇ ਗੇੜਾ ਮਾਰਿਆ ਉਹਨੇ? ਨਹੀਂ ਆਇਆ, ਸਾਡੇ ਕੋਲ ਨਹੀਂ ਆਇਆ। ਗੱਲਬਾਤ ਹੁੰਦੀ ਹੈ ਤੁਹਾਡੀ? ਨਹੀਂ ਹੁਣ ਨਹੀਂ, ਪਹਿਲਾਂ ਹੁਣ ਤਾਂ ਸਾਡੇ ਕੋਲ 5-6 ਸਾਲ ਕੋਈ ਗੱਲ ਸਾਡੇ ਕੋਲ ਹੁੰਦੀ, ਕੋਈ ਗੱਲ ਨਹੀਂ ਹੁੰਦੀ ਕਦੇ ਵੀ। ਫਿਰ ਮਤਲਬ ਉਹਦਾ ਵਿਆਹ ਸ਼ਾਦੀ ਫਿਰ ਬਾਰੇ ਸਭ ਕੁਛ ਬਾਰੇ ਹੋਇਆ, ਬਾਹਰੇ ਵਿਆਹ ਹੋਇਆ, ਬਾਹਰੇ ਬੱਚੇ ਜੰਮੇ। ਤੁਹਾਡੇ ਤੋਂ ਬਿਨਾਂ ਹੀ ਵਿਆਹ ਕੀਤਾ ਉਹਨੇ? ਜਿੱਥੇ ਮਰਜ਼ੀ ਕੱਲ੍ਹ ਦੀ ਦੋ ਜੰਮ ਕੇ ਕਹਿੰਦਾ ਵਿਆਹ ਨਹੀਂ ਕਰ ਸਕੀ ਕੋਈ ਖੁਸ਼ੀ ਦੇ ਕੇ ਪੁੱਤਾਂ ਦੀ, ਦੋ ਜੰਮ ਕੇ ਵੀ ਪੁੱਤਾਂ ਦਾ ਵਿਆਹ ਕਰਦੇ ਲੋਕ ਕਰਦੇ ਸਭ, ਅਸੀਂ ਕੁਛ ਨਹੀਂ ਦੇਖ ਕੇ, ਕੁਛ ਨਹੀਂ ਕਰਦੇ, ਕੁਛ ਨਹੀਂ ਦੇਖੇ ਸੀ ਅਸੀਂ। ਕਹਿੰਦੇ ਰੱਬ ਸਾਡੇ ਪੋਤਿਆਂ ਦੀ ਕੁਛ ਖੁਸ਼ੀ ਦਿਖਾ ਦੂੰਗਾ, ਉਹ ਵੀ ਨਹੀਂ ਸਾਡੇ ਘਰ ਪਹੁੰਚੇਗੀ। ਫਿਰ ਮਤਾ ਜੀ ਹੁਣ ਮਤਲਬ ਬੱਚੇ ਤਾਂ ਹੈ ਨਹੀਂ ਇਸ ਵਕਤ, ਗੁਜ਼ਾਰਾ ਪਾਣੀ ਫਿਰ ਕਿਵੇਂ ਕਰਦੇ ਹੋ? ਕਿਰਾਇਆ ਉਹਦਾ, ਉੱਪਰ ਤਾਂ ਰੋਟੀ ਖਾਂਦੇ ਅਸੀਂ, ਹੋਰ ਕੀ ਕਿਰਾਇਆ ਉਹਦਾ? ਪੈਸੇ ਆ ਡਿਪੋਜ਼ਿਟ ਕਰੇ ਉਹ ਜਿਹੜੇ ਸਾਨੂੰ, ਮੇਰੀ ਸੱਸ 120 ਸਾਲ ਦੀ ਹੋ ਗਈ ਮੇਰੇ, ਉਹਨੂੰ ਪੈਨਸ਼ਨ ਲੱਗੀ ਵੀ, ਉਹ ਵੀ ਕਾਗਜ਼ ਸਾਡੇ ਕੋਲ, ਸਾਰੇ ਕਾਗਜ਼ ਪਏ ਸਾਡੇ ਕੋਲ। ਦਿੱਲੀ ਸਾਡੀ ਇੰਨੀ ਪ੍ਰੋਪਰਟੀ ਸੀ ਸਾਡਾ, ਇਹ ਬਾਹਰ 4-5 ਸਾਲ ਲਾ ਕੇ ਆਏ ਤੇ ਉਹ ਪਾਸਪੋਰਟ ਪੁਰਾਣਾ ਸਭ ਕੁਛ ਪਿਆ ਸਾਡੇ ਕੋਲ, ਬਾਹਰ ਦਾ ਲਾਇਸੈਂਸ ਪਿਆ ਇਹਨਾਂ ਦਾ। ਇਹ ਬਾਹਰ ਗਏ ਤੇ ਇੱਕ ਟੈਕਸੀ ਦਾ ਖਰਚਾ ਆਉਂਦਾ ਸੀ ਸਾਡਾ, ਰੋਟੀ ਪਾਣੀ ਚੱਲਦੇ ਬੱਚੇ ਛੋਟੇ ਤੇ, ਉਹ ਪੈਸੇ ਨੇ ਉਹ ਅਸੀਂ ਦਿੱਲੀ ਮਕਾਨ ਖਰੀਦ ਲਿਆ। ਸਭ ਦੇ ਰਹਿੰਦੇ ਕੋਲ ਸਾਡਾ ਮਕਾਨ ਤਾ, ਵੀ ਆ ਕੇ ਫਿਰ ਇੱਕ ਸਾਡੇ ਪਲਾਟ ਦਾ ਗ੍ਰੀਨ ਉਹਦੇ ਗੜਗਾਵਾਂ ਰੋਡ 'ਤੇ 200 ਗਜ਼ ਦਾ, 2-2 30 ਬੁੱਢੀ ਸੜਕਾਂ ਲੱਗਦੀ, 10 ਬੁੱਢੀ ਲੱਗਦੀ ਸੀ। ਫਿਰ ਸਾਡੇ ਇੱਕ ਫਲੈਟ ਬੁੱਕ ਕਰਿਆ, ਉਹ ਵੀ ਨਿਕਲਿਆ ਸਾਡੀ 1 ਕਰੋੜਾਂ ਦੀ ਪ੍ਰੋਪਰਟੀ ਦਿੱਲੀ 'ਚ ਦੀ, ਉਹ ਦਿੱਲੀ ਵਾਲੇ ਜਿਹੜਾ ਗ੍ਰੀਨ ਬਾਰ ਮਕਾਨ ਉਹ ਵੇਚ ਕੇ ਕੋਠੀ ਦਿੱਤੀ ਅਸੀਂ, ਬਾਕੀ ਸਾਡੀ ਪ੍ਰੋਪਰਟੀ ਖੇਹ ਖਰਾਬ ਇੱਕ ਨਹੀਂ ਹੋ ਗਈ। ਇੱਥੇ ਆਣ ਕੇ ਔਲਾਦ ਨਹੀਂ ਕੋਈ ਰਹੇ। ਜਿਹੜੇ ਮਤਲਬ ਜੀ ਦਿੱਲੀ ਤੋਂ ਅਫਸਰ ਆਏ ਸੀ ਉਹ ਫਿਰ ਹੁਣ ਕੀ ਪੁੱਛ ਰਹੇ ਸੀ ਤੁਹਾਨੂੰ ਪੰਮੇ ਬਾਰੇ? ਇਹੀ ਪੁੱਛਦੇ ਵੀ ਆਉਂਦਾ ਹੁਣ ਤੁਹਾਡੇ ਕੋਲ ਕੋਈ ਕਿਰਾਏਦਾਰ, ਉਹਦੀ ਮਰਜ਼ੀ ਤਾਂ ਰੱਖਿਆ ਵਾ ਹੋਣਾ। ਮੈਂ ਕਿਹਾ ਕਿਰਾਏਦਾਰ ਸਾਡੇ ਬੱਚਿਆਂ ਬਾਰੇ ਪਤਾ ਹੀ ਨਹੀਂ, ਉਹਦੀ ਮਰਜ਼ੀ ਦਾ ਕੋਈ ਕਿਰਾਏਦਾਰ ਰੱਖਿਆ ਵਾ ਹੋਊਗਾ? ਉਹ ਤੁਹਾਨੂੰ ਕਹਿੰਦੇ ਹੁਣ ਮੇਰੀ ਮਰਜ਼ੀ ਕਿਰਾਏਦਾਰ ਰੱਖੋ, ਸਾਡੇ ਕਿਰਾਏਦਾਰਾਂ ਨੂੰ ਕੱਖ ਨਹੀਂ ਪਤਾ ਸਾਡੇ ਬੱਚਿਆਂ ਬਾਰੇ ਕਿੱਥੇ ਆ ਕਿੱਥੇ ਨਹੀਂ। ਹੁਣ
ਤੁਹਾਨੂੰ ਕਦੇ ਲੱਗਿਆ ਹੈ ਵੀ ਤੁਹਾਡੇ ਮੁੰਡੇ ਦੀ ਕਿਸੇ ਇਸ ਤਰ੍ਹਾਂ ਦੀ ਦੇਸ਼ ਵਿਰੋਧੀ ਗਤੀਵਿਧੀਆਂ 'ਚ ਕਦੇ ਕੋਈ ਕਾਰਵਾਈਆਂ 'ਚ ਕੋਈ ਹੱਥ ਰਿਹਾ ਹੋਵੇ ਜਿਹੜੇ ਪੁਲਿਸ ਇਸ ਵਕਤ ਇਲਜ਼ਾਮ ਲਾ ਰਹੀ ਹੈ ਜੀ ਉਹਦੇ 'ਤੇ? ਸਾਨੂੰ ਤਾਂ ਕੁਛ ਨਹੀਂ ਲੱਗਦਾ ਕਿ ਪਰਮਾਤਮਾ ਜਾਣਦਾ ਸਾਨੂੰ। ਅਤੇ ਹੁਣ ਉਹ ਪੰਮੇ ਨੂੰ 21 ਤਰੀਕ ਨੂੰ ਉਹਨਾਂ ਨੇ ਦਿੱਤਾ ਹੈ ਜੀ ਸੁਨੇਹਾ ਵੀ ਉੱਥੇ ਜਾਵੇ, ਪੰਮਾ ਤਾਂ ਉਰੇ ਹੈ ਨੀਗਾ, ਸਾਨੂੰ ਕਿਆ ਪਤਾ ਅਸੀਂ ਕਿਆ ਕਰ ਸਕਦੇ ਹਾਂ, ਅਸੀਂ ਤਾਂ ਕੁਛ ਨਹੀਂ ਕਰ ਸਕਦੇ, ਲੈ ਆਵਾ ਜਾ ਕੇ ਉੱਥੇ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ, ਕੀ ਅਪੀਲ ਕਰਨਾ ਚਾਹੁੰਦੇ? ਸਾਨੂੰ ਕੀ ਤੰਗ ਕਰ, ਸਾਨੂੰ ਕੀ ਨਹੀਂ ਜੀਵਨ ਦਿੰਦੇ, ਸਾਡੇ ਬੱਚਿਆਂ ਨੂੰ ਰਹਿਣ ਨਹੀਂ ਦਿੰਦੇ, ਐਡੀ ਦੂਰ ਬੈਠੋ ਉੱਥੇ ਵੀ ਨਹੀਂ ਟੇਕਣਾ ਦਿੰਦੇ, ਇਹ ਤਾਂ ਸਾਨੂੰ ਨਹੀਂ ਪੁਲਿਸ ਟੇਕਣਾ ਦਿੰਦੀ, ਸਾਨੂੰ ਤਾਂ ਆਰਾਮ ਨਾਲ ਰੋਟੀ ਖਾਣ ਦਿਓ ਬੈਠੋ ਆਰਾਮ ਨਾਲ, ਸਾਨੂੰ ਕਹਿੰਦੇ ਜੀਵਨ ਦਿੰਦੇ ਹੈਗੇ। ਸੋ ਤੁਸੀਂ ਸੁਣਿਆ ਕਿ ਪੰਮਾ ਦੇ ਜੋ ਪੇਰੈਂਟਸ ਹੈਗੇ ਆ ਉਹਨਾਂ ਨੇ ਰੋ ਰੋ ਕੇ ਸਾਰੀ ਗੱਲ ਦੱਸੀ ਉਹਨਾਂ ਦੇ ਮਾਤਾ ਜੀ ਨੇ ਕਿ ਉਹਨਾਂ ਦਾ ਜੋ ਬੜਾ ਬੇਟਾ ਸੀ ਉਸਨੂੰ ਵੀ ਸਮੀਰ ਸੈਣੀ ਵੱਲੋਂ ਇੱਕ ਮੁਕਾਬਲੇ ਦੇ ਵਿੱਚ ਹਲਾਕ ਕਰ ਦਿੱਤਾ ਗਿਆ ਸੀ, ਅਤੇ ਉਸ ਤੋਂ ਬਾਅਦ ਪੰਮੇ ਨੂੰ ਪੁਲਿਸ ਵੱਲੋਂ ਇੰਨਾ ਤੰਗ ਕੀਤਾ ਗਿਆ ਕਿ ਉਹ 99 ਦੇ ਵਿੱਚ ਇੰਡੀਆ ਤੋਂ ਬਾਹਰ ਚਲਾ ਗਿਆ ਸੀ। ਅਤੇ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਦੀ ਨਾ ਤਾਂ ਕੋਈ ਗੱਲ ਹੁੰਦੀ ਹੈ, ਸਿਰਫ 2015 ਦੇ ਵਿੱਚ ਇੱਕ ਵਾਰੀ ਪੰਮੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ, ਉਹ ਵੀ ਪੁਰਤਗਾਲ ਦੇ ਵਿੱਚ, ਅਤੇ ਨਾ ਉਸ ਤੋਂ ਬਾਅਦ ਉਹਦਾ ਕੋਈ ਫੋਨ ਆਇਆ ਅਤੇ ਨਾ ਹੀ ਉਹਨਾਂ ਨੂੰ ਉਹਨਾਂ ਦੀਆਂ ਗਤੀਵਿਧੀਆਂ ਦਾ ਪਤਾ ਪੰਮੇ ਦੀਆਂ ਕਿ ਪੰਮਾ ਕਿਹੋ ਜਿਹੀਆਂ ਕਾਰਵਾਈਆਂ ਦੇ ਵਿੱਚ ਸੰਲਿਪਤ ਹੈਗਾ। ਪਰੰਤੂ NIA ਵੱਲੋਂ ਜੋ 13 ਪ੍ਰੋ ਖਾਲਿਸਤਾਨੀ ਨਾਮ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਪੰਮੇ ਦਾ ਨਾਮ ਜ਼ਰੂਰ ਹੈਗਾ, ਇਸੇ ਕਰਕੇ ਇਸ ਘਰ ਦੇ ਵਿੱਚ ਉਹਨਾਂ ਵੱਲੋਂ ਦਬਸ਼ ਦਿੱਤੀ ਗਈ ਸੀ ਅਤੇ ਤਲਾਸ਼ੀ ਲਿੱਤੀ ਗਈ ਹੈ। ਕੀ ਕੁਛ ਸਾਹਮਣੇ ਆਇਆ ਇਹਦੇ ਬਾਰੇ? ਅਜੇ ਤੱਕ ਕਿਸੇ ਵੀ ਏਜੰਸੀ ਜਾਂ ਪੁਲਿਸ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।